ਪੰਜਾਬ ਦੇ ਲਾਅ ਐਂਡ ਆਰਡਰ ਦੀ ਜੇ ਤੁਸੀਂ ਸਥਿਤੀ ਦੇਖਣਾ ਚਾਹੋ ਤਾਂ ਇਸ ਖਬਰ ਨੂੰ ਜ਼ਰੂਰ ਸੁਣ ਲਿਓ ਇਹ ਤੋਂ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਜੋ ਇਹ ਫੋਟੋ ਦਿਖ ਰਹੀ ਹੈ ਜੀ ਇਹ ਡੀਐਸਪੀ ਹੈ ਪੰਜਾਬ ਦੇ ਮੌਜੂਦਾ ਤੇ ਇਹਨਾਂ ਦਾ ਕਤਲ ਹੋ ਗਿਆ ਜੀ ਤੇ ਡੀਐਸਪੀ ਦਾ ਕਤਲ ਹੋਣਾ ਐਡੇ ਵੱਡੇ ਲੈਵਲ ਤੇ ਕੱਲ ਪਰਸੋਂ ਦੀ ਗੱਲ ਆ ਤੇ ਖਬਰ ਵੀ ਨਹੀਂ ਕੋਈ ਬਾਹਰ ਨਿਕਲ ਕੇ ਆਈ ਐ ਪੂਰੀ ਛਾਛਾ ਕਰਕੇ ਚਲਣੀ ਚਾਹੀਦੀ ਹੈ ਤਾਂ ਹਾਂਜੀ ਬ੍ਰਾਡਰ ਸਾਹਿਬ ਹੈਰਾਨੀ ਤਾਂ ਹੋਈ ਐ ਨਾ ਚੀਜ਼ਾਂ ਤੇ ਪਰ ਪਤਾ ਨਹੀਂ ਕਿਉਂ ਇਹ ਕੁਝ ਵਾਪਰ ਰਿਹਾ ਪੰਜਾਬ ਦੇ ਇੱਕ ਡੀਐਸਪੀ ਦਾ ਕਤਲ ਹੋ ਗਿਆ ਪੰਜਾਬ ਦੇ ਡੀਐਸਪੀ ਦਲਬੀਰ ਸਿੰਘ ਦਿਓਲ ਜਿਨ੍ਹਾਂ ਦੀ ਉਮਰ 54 ਸਾਲ ਸੀਗੀ ਤੇ ਜਲੰਧਰ ਦੇ ਨਾਲ ਇਹ ਸਬੰਧਤ ਸੀਗੇ ਉਹਨਾਂ ਦਾ ਜਲੰਧਰ ਦੇ ਵਿੱਚ ਪੀੜ ਭਰੇ ਹਾਲਾਤਾਂ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਡੀਐਸਪੀ ਦਿਓਲ ਦੀ ਜਿਹੜੀ ਬੋਡੀ ਹੈ ਉਹਦੇ ਤੇ ਮਲਟੀਪਲ ਇੰਜਰੀਜ਼ ਪਾਈਆਂ ਗਈਆਂ ਜਲੰਧਰ ਤੋਂ ਕਪੂਰਥਲਾ ਦੇ ਰਾਹ ਤੇ ਪੈਂਦੀ ਬਸਤੀ ਬਾਵਾ ਖੇਲ ਦੇ ਲਾਗੇ ਇੱਕ ਨਹਿਰ ਦੇ ਕੋਲੇ ਇਹਨਾਂ ਦੀ ਜਿਹੜੀ ਹੈ ਅਬੈਂਡੰਟ ਡੈੱਡ ਬੋਡੀ ਮਿਲੀ ਹੈ ਇਦੋਲ ਨੇ ਐਸਪੀਏਪੀ ਹੈੱਡਕੁਆਟਰ ਜਲੰਧਰ ਦੇ ਵਿੱਚ ਤਾਇਨਾਤ ਸੀਗੇ ਪੰਜਾਬ ਆਰਮਡ ਪੁਲਿਸ ਦੇ ਵਿੱਚ ਅ ਅ ਦਰਅਸਲ ਦਿਓਲ ਸ਼ਨੀਵਾਰ ਸ਼ਾਮ ਨੂੰ ਨਿਊਯਾਰਕ ਨਿਊ ਇਅਰ ਪਾਰਟੀ ਦੇ ਲਈ ਘਰੋਂ ਨਿਕਲੇ ਸੀਗੇ ਤੇ ਰਾਤ ਨੂੰ ਉਹ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ ਬੱਸ ਸਟੈਂਡ ਦੇ ਕੋਲੇ ਡ੍ਰੌਪ ਕੀਤਾ ਸੀਗਾ ਫਿਰ ਉਸ ਤੋਂ ਅੱਗੇ ਕੀ ਵਾਪਰਿਆ ਕਿਸੇ ਨੂੰ ਨਹੀਂ ਪਤਾ ਲੱਗਾ ਸੰਡੇ 31 ਦਸੰਬਰ ਵਾਲੇ ਦਿਨ ਉਹਨਾਂ ਦੇ ਘਰ ਵਾਲਿਆਂ ਨੇ ਉਹਨਾਂ ਨੂੰ ਲੱਭਣਾ ਚਾਹਿਆ ਫਿਰ ਇੱਕ ਤਰੀਕ ਨੂੰ ਉਹਨਾਂ ਨੇ ਜਾ ਕੇ ਇੱਕ ਕੰਪਲੇਂਟ ਦਰਜ ਕਰਵਾਈ ਤੇ ਫਿਰ ਪੁਲਿਸ ਨੂੰ ਇਸ ਚੀਜ਼ ਬਾਰੇ ਪਤਾ ਲੱਗਿਆ ਮਿਸਟਰ ਦਿਓਲ ਜਿਹੜੇ ਸੀਗੇ ਇਹ weight lifting ਦੇ ਵਿੱਚ Asian Games ਦੇ ਵਿੱਚ ਵੀ ਮੱਲਾ ਮਾਰ ਚੁੱਕੇ ਆ ਇਹ 골ਡ ਮੈਡਲਿਸਟ ਸੀਗੇ 골ਡ ਮੈਡਲ ਇਹਨਾਂ ਜਿੱਤਿਆ ਸੀਗਾ ਫਿਰ ਉਸ ਤੋਂ ਉਸ ਤੋਂ ਬਾਅਦ ਉਸੇ ਸੰਨ 2000 ਦੇ ਵਿੱਚ ਇਹਨਾਂ ਨੂੰ ਅਰਜੁਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਸੋ ਇੱਕ ਬਹੁਤ ਵੱਡੀ ਸ਼ਖਸੀਅਤ ਸੀਗੀ ਅਰਜੁਨ ਅਵਾਰਡੀ ਵੀ ਸੀਗੇ ਰੀਸੈਂਟਲੀ 16 ਦਸੰਬਰ ਨੂੰ ਜਲੰਧਰ ਤੋਂ ਕਰਤਾਰਪੁਰ ਸਾਹਿਬ ਵਾਲੇ ਪਾਸੇ ਕਰਤਾਰਪੁਰ ਵਾਲੇ ਪਾਸੇ ਪੈਂਦੇ ਪਿੰਡ ਇਬਰਾਹਿਮ ਖਾਨ ਉੱਥੇ ਇਹਨਾਂ ਦਾ ਇੱਕ ਝਗੜਾ ਹੋਇਆ ਸੀਗਾ ਉੱਥੇ ਇਹ ਸਰਪੰਚ ਦੇ ਨਾਲ ਪਬਲਿਕ ਪਲੇਸ ਤੇ ਡਰਿੰਕ ਕਰ ਰਹੇ ਸੀਗੇ ਪਿੰਡ ਦੇ ਕੁਝ ਬੰਦਿਆਂ ਨੇ ਤੁੰਤੂ ਮੈਂਵੇਂ ਕੀਤੀ ਉੱਥੇ ਇਹਨਾਂ ਨੇ ਆਪਣੇ ਜਿਹੜੇ ਰਿਵਾਲਵਰ ਹੈ ਉਹਦੇ ਵਿੱਚੋਂ ਚਾਰ ਫਾਇਰ ਕੀਤੇ ਸੀਗੇ ਉਸ ਤੋਂ ਬਾਅਦ ਅਰੈਸਟ ਵੀ ਕਰ ਲਿਆ ਗਿਆ ਸੀ ਪਰ ਨੈਕਸਟ ਡੇ ਛੱਡ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਰਾਜੀਨਾਮਾ ਹੋ ਚੁੱਕਾ ਸੀਗਾ ਪਰ ਹੁਣ ਕੀ ਵਾਪਰਿਆ ਕੀ ਨਹੀਂ ਵਾਪਰਿਆ ਬੜਾ ਹੈਰਾਨੀਜਨਕਾ ਇੱਕ ਚੀਜ਼ ਇੱਥੇ ਐਡ ਕਰਨ ਵਾਲੀ ਰਹਿ ਗਈ ਉਹ ਇਹ ਕਿ ਜਿੱਥੋਂ ਇਹਨਾਂ ਦੀ ਰੈੱਡ ਬੋਡੀ ਮਿਲੀ ਆ ਇਹਨਾਂ ਦੇ ਕੋਲੇ ਇਹਨਾਂ ਦਾ ਉਸ ਵੇਲੇ ਵੀ ਜਿਹੜਾ ਵੈਪਨ ਸੀ ਮੌਜੂਦ ਸੀਗਾ ਪਰ ਡੈੱਡ ਬੋਡੀ ਤੋਂ ਉਹ ਵੈਪਨ ਨਹੀਂ ਮਿਲਿਆ ਸੋ ਜਿਹੜੇ ਬੰਦੇ ਉਹ ਵਾਰਦਾਤ ਕਰਕੇ ਗਏ ਆ ਇਹਨਾਂ ਦਾ ਵੈਪਨ ਉਹ ਨਾਲ ਲੈ ਗਏ ਕੋਜੀ ਡੀਐਸਪੀ ਦਾ ਕਤਲ ਹੋਣਾ ਤਾਂ ਬਹੁਤ ਵੱਡੀ ਖਬਰ ਬਣਦੀ ਹੈਗੀ ਆ ਵੀ ਡੀਐਸਪੀ ਲੈਵਲ ਦੇ ਉਹ ਜੇ ਆਪਦੇ ਪਰਸਨਲ ਕੰਮ ਵੀ ਕਰਦੇ ਆ ਉਹ ਟ੍ਰੇਨਡ ਵੀ ਹੁੰਦੇ ਆ ਅਖਰ ਇਹੋ ਜੀਆਂ ਚੀਜ਼ਾਂ ਤੋਂ ਤੇ ਇਹ ਖਬਰ ਵੈਸੇ ਤਾਂ ਪੂਰੀ ਫੈਲਣੀ ਚਾਹੀਦੀ ਤੇ ਫੈਲੀ ਨਾ ਹੋਣ ਦਾ ਕੀ ਕਾਰਨ ਹੋ ਸਕਦਾ ਹਾਂਜੀ ਬ੍ਰਾਡਸਾਪ ਜੇ ਤਾਂ ਆਪਾਂ ਗੱਲ ਕਰੀਏ ਇੰਡੀਅਨ ਮੀਡੀਆ ਦੀ ਉਹਦੇ ਵਿੱਚ ਤਾਂ ਇਹ ਖਬਰ ਲੱਗੀ ਆ ਜਿੰਨੀਆਂ ਖ਼ਬਰਾਂ ਨੇ ਤਕਰੀਬਨ ਹਰ ਇੱਕ ਦੇ ਵਿੱਚ ਚਰਚਾ ਹੋਈ ਹੈ ਕਿ ਪੰਜਾਬ ਦੇ ਵਿੱਚ ਦੇਖੋ ਕਿ ਇੱਕ ਡੀਐਸਪੀ ਦਾ ਕਤਲ ਹੋ ਰਿਹਾ ਪਰ ਪੰਜਾਬ ਦੀ ਮੀਡੀਆ ਕਿਉਂ ਚੁੱਪਾ ਬੜੀ ਹੈਰਾਨੀ ਦੀ ਗੱਲ ਆ ਇਹ ਖ਼ਬਰ ਤਾਂ ਬਹੁਤ ਚਰਚਿਤ ਹੋਣੀ ਚਾਹੀਦੀ ਸੀ ਕਿਉਂਕਿ ਬਹੁਤ ਸਾਰੇ ਆਪਾਂ ਚੈਨਲ ਦੇਖਦੇ ਆ ਜਿਹੜੇ ਇੱਥੋਂ ਤੱਕ ਵੀ ਚੱਲਦੇ ਨੇ ਉਹਨਾਂ ਦੇ ਹੈੱਡਕੁਆਰਟਰ ਜਲੰਧਰ 'ਚ ਮੰਨੇ ਜਾਂਦੇ ਨੇ ਤੇ ਜਲੰਧਰ ਦੇ ਨਾਲ ਹੀ ਰਿਲੇਟਿਡ ਇੱਕ ਵੱਡੇ ਬੰਦੇ ਦੀ ਜੇ ਐਦਾਂ ਕਤਲ ਹੋਵੇ ਤੇ ਉਹ ਚੈਨਲ ਵੀ ਉਹ ਖ਼ਬਰ ਨਾ ਕਵਰ ਕਰਨ ਤਾਂ ਗਲਤੀ ਬਹੁਤ ਮਾੜੀ ਆ ਜੀ ਇੱਥੇ ਆਪਾਂ ਇਹ ਵੀ ਜ਼ਿਕਰ ਕਰਦਗੇ ਵੀ ਪੁਲਿਸ ਨੇ ਹੀ ਫੜਨੇ ਹੁੰਦੇ ਆ ਅਪਰਾਧੀ ਤੇ ਪੁਲਿਸ ਨੇ ਇਹ ਸਾਰਾ ਕੁਝ ਕੰਟਰੋਲ ਕਰਨਾ ਹੁੰਦਾ ਤੇ ਜੇ ਪੁਲਿਸ ਵਾਲਿਆਂ ਤੇ ਹੀ ਇਹ ਚੀਜ਼ਾਂ ਹੋਣ ਲੱਗ ਜਾਣ ਤਾਂ ਬੰਦਾ ਫਿਰ ਯਕੀਨ ਕੀਤੇ ਕਰੂਗਾ ਵੀ ਕਿਹੜਾ ਬੰਦਾ ਸੁਰੱਖਿਤ ਹੈਗਾ ਤੇ ਦੂਜੀ ਗੱਲ ਇਹ ਵੀ ਜਿਹੜੇ ਬਾਕੀ ਹੈਗੇ ਪੁਲਿਸ ਵਾਲੇ ਉਹਨਾਂ ਨੂੰ ਵੀ ਆਪਦੀ ਜਿਹੜੀ ਡਿਊਟੀ ਹੈਗੀ ਚੰਗੀ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਵੀ ਇਹ ਸਾਡਾ ਹੀ ਕੋਈ ਭਾਈ ਭੈਣ ਸੀਗਾ ਹਾਂਜੀ ਬ੍ਰਾਡਸਰ ਬਿਲਕੁਲ ਇਨਵੈਸਟੀਗੇਸ਼ਨ ਤੇ ਲੱਗੀਆਂ ਹੋਈਆਂ ਟੀਮਸ ਤੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਆ ਉਹ ਜਾਣਨਾ ਚਾਹੁੰਦੇ ਆ ਕਿ ਇਹ ਸਾਰਾ ਕੁਝ ਵਾਪਰਿਆ ਕਿਵੇਂ ਆ ਉਦੋਂ ਬਾਅਦ ਜਿਹੜੀ ਅਗਲੀ ਆ ਅਗਲੀ ਇਨਵੈਸਟੀਗੇਸ਼ਨ ਉਹ ਆਰੰਭ ਦਿੱਤੀ ਜਾਊਗੀ ਕਈ ਲੋਕ ਇਹਦੇ ਵਿੱਚ ਉਹਨਾਂ ਦੀ ਕਿਸੇ ਨਿੱਜੀ ਦੁਸ਼ਮਣੀ ਦਾ ਐਂਗਲ ਲੈ ਰਹੇ ਆ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਪਰ ਇੱਥੇ ਫੇਰ ਇੱਕ ਵਾਰੀ ਜਿਵੇਂ ਤੁਸੀਂ ਜ਼ਿਕਰ ਕੀਤਾ ਉੱਥੇ ਇਹ ਕਰਨਾ ਬੰਦ ਹੈ ਕਿ ਪੰਜਾਬ ਦੀ ਮੀਡੀਆ ਨੂੰ ਸਾਡੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਚੰਗੀ ਮਾੜੀ ਖਬਰ ਪਹੁੰਚਾਉਂਦੇ ਆ ਕਰੋ ਜਿਹੜੀ ਲਾਉਣ ਵਾਲੀ ਆ ਉਹ ਜ਼ਰ ਇੱਕ ਬੰਦੇ ਦੇ ਪਿੱਛੇ ਕਈ ਵਾਰੀ ਹੁੰਦਾ ਅਨ ਇੰਪੋਰਟੈਂਟ ਦੀ ਚੀਜ਼ ਉਹਦੇ ਪਿੱਛੇ ਜਾ ਕੇ ਕਈ ਵਾਰੀ ਵੇਖਿਆ 15-15 ਚੈਨਲ ਜਿਹੜੇ ਨੇ ਉਹ ਵੇਟ ਦੇ ਵਿੱਚ ਖੜੇ ਹੁੰਦੇ ਨੇ ਕਿ ਭਾਈ ਸਾਨੂੰ ਵੀ ਇੰਟਰਵਿਊ ਦੇ ਦੇ ਦੀ ਚਾਰ ਵਿਊ ਆ ਜਾਣਗੇ ਹਮੇਸ਼ਾ ਲਾਈਕ ਵਿਊ ਦੀ ਡਾਟ ਚ ਨਾਂ ਭਜਾਇਆ ਕਰੋ ਜਿਹੜੀ ਚੀਜ਼ ਪੰਜਾਬ ਦੇ ਨਾਲ ਜਿਹਨੂੰ ਫਰਕ ਪੈਣਾ ਉਹ ਜ਼ਰੂਰ ਤੁਸੀਂ ਖਬਰ ਕਰਿਆ ਕਰੋ ਜੀ ਇੱਥੇ ਇਹ ਵੀ ਜ਼ਿਕਰ ਕਰਦਗੇ ਵੀ ਕਈ ਸੋਚ ਲੈਂਦੇ ਆ ਵੀ ਅਸੀਂ ਸ਼ਾਰਟਕਟ ਅਪਣਾ ਕੇ ਆਪਦੇ ਬਦਲੇ ਲੈ ਲਾਂਗੇ ਫਲਾਨਾ ਕਰ ਲਾਂਗੇ ਭਾਈ ਆਪਦਾ ਪਰਿਵਾਰ ਬੰਨ ਵੀ ਦੇਖਿਆ ਕਰੋ ਆਪਦੀ ਜ਼ਿੰਦਗੀ ਵੀ ਨਾ ਕਰਿਆ ਕਰੋ